ஒக்டோபர் கத்தி, சந்த் அல்ஃபோன்சஸ் ரோட்ரிகஸ், தரம்வீர். சந்த் அல்ஃபோன்சஸ் ரோட்ரிகஸ் தான் ஜனம் ஜூலை 15, 1532 விக்கே சர்கோவியா ஸ்பெயின் விக்கே ஹொயாசி. சந்த் அல்ஃபோன்சஸ் த பாப் ஊன் த வியாபார் கர்த்தாசி. ਇੱਕ ਵਾਰੀ ਜੇਸੂਡ ਜਮਾਤ ਦਾ ਇੱਕ ਫਾਦਰ ਫਾਦਰ ਪੀਟਰ ਫਾਈਬਰ ਇੱਕ ਮਿਸ਼ਨ ਦੌਰਾ ਵਿੱਚ ਸਰਗੋਵੀਆ ਪਹੁੰਚਿਆ. ਉਹ ਸ਼ਹਿਰ ਵਿਖੇ ਸੁਸਮਾਚਾਰ ਦਾ ਪ੍ਰਚਾਰ ਕਰਨਾ ਸੀ. ਉਸ ਵੇਲੇ ਸੰਤ ਅਲਫੋਨਸਸ ਦਾ ਪਰਿਵਾਰ ਨੇ ਉਹਨਾਂ ਨੂੰ ਪਰਾਗੁਣਾਚਾਰੀ ਦਿੱਤਾ ਅਤੇ ਉਹਨਾਂ ਦੇ ਹਰ ਵਿੱਚ ਰਹਿਣੇ ਕੇ ਲੀਏ ਮੌਕਾ ਦਿੱਤਾ. ਸੰਤ ਪੀਟਰ ਫੇਬਰ ਸੰਤ ਅਲਫੋਨਸ ਰੋਡਰੀਗੋਸ ਉਦੋਂ ਇੱਕ ਛੋਟਾ ਮੁੰਡਾ ਸੀ. ਉਹਨਾਂ ਨੂੰ ਪਾਲਾ ਪਾਕਸ਼ਾਦ ਲਈ ਉਹਨਾਂ ਨੂੰ ਤਿਆਰ ਕੀਤਾ. ਜਦੋਂ ਸੰਤ ਅਲਫੋਨਸ ਰੋਡਰੀਗਸ 14 ਸਾਲ ਸੀ, ਉਹਨਾਂ ਦਾ ਪਿਤਾ ਜੀ ਦਾ ਮੌਤ ਹੋ ਗਿਆ. ਇਸ ਕਰਕੇ ਸੰਤ ਅਲਫੋਨਸ ਨੇ ਆਪਣੇ ਪੜ੍ਹਾਈ ਛੋੜ ਕੇ ਮਾਂ ਦੀ ਮਦਦ ਕਰਨਾ ਸ਼ੁਰੂ ਕੀਤਾ. ਉਹਨਾਂ ਦੀ ਕੰਮ ਧੰਦਾ ਵਿੱਚ ਉਹਨਾਂ ਦੀ ਮਦਦ ਕੀਤਾ. ਜਦੋਂ ਸੰਤ 26 ਸਾਲ ਦਾ ਉਮਰ ਸੀ, ਉਹਨਾਂ ਦਾ ਸ਼ਾਦੀ ਮਰੀਆ ਸੁਆਰਸ ਇੱਕ ਔਰਤ ਨਾਲ ਹੋਇਆ. ਇਸ ਸ਼ਾਦੀ ਵਿੱਚ ਉਹਨਾਂ ਨੂੰ ਖੁਦਾ ਨੇ 3 ਬੱਚਿਆਂ ਨੂੰ ਦਿੱਤਾ. ਜਦੋਂ ਅਲਫੋਨਸ 31 ਸਾਲ ਦਾ ਉਮਰ ਸੀ, ਉਹ ਇੱਕ ਰੰਡਾ ਹੋ ਗਿਆ ਕਿਉਂਕਿ ਉਹਨਾਂ ਦੀ ਪਤਨੀ ਦਾ ਮੌਤ ਹੋਇਆ. ਉਹਨਾਂ ਦਾ ਖੁਦਾ ਨੇ ਉਹਨਾਂ ਦੇ 2 ਬੱਚਿਆਂ ਨੂੰ ਵਾਪਸ ਬੁਲਾ ਦਿੱਤਾ. ਸਿਰਫ ਇੱਕ ਹੀ ਬੱਚਾ ਉਹਨਾਂ ਦੇ ਨਾਲ ਸੀ. ਉਦੋਂ ਉਹਨਾਂ ਨੇ ਇੱਕ ਪ੍ਰਾਰਥਨਾਮਈ ਜ਼ਿੰਦਗੀ ਅਤੇ ਤਪੱਸਿਆ ਦਾ ਜ਼ਿੰਦਗੀ ਸ਼ੁਰੂ ਕੀਤਾ. ਜਦੋਂ ਉਹਨਾਂ ਦਾ 3ਰੀ ਬੱਚੀ ਦਾ ਮੌਤ ਹੋ ਗਿਆ, ਉਹਨਾਂ ਨੇ ਫੈਸਲਾ ਕੀਤਾ, ਮੈਂ ਆਪਣੀ ਬਾਕੀ ਪੂਰਾ ਜ਼ਿੰਦਗੀ ਖੁਦਾ ਦੀ ਸੇਵਾ ਕਰਨਾ ਹੈ. ਇਸ ਕਰਕੇ ਉਹਨਾਂ ਨੇ ਇੱਕ ਆਮ ਬ੍ਰਦਰ ਬਣ ਕੇ ਜੇਸੀਊਟ ਫਾਰ ਲੋਕਾਂ ਦਾ ਜਮਾਤ ਵਿੱਚ ਮਜੋਰਕਾ ਟਿੱਪੋ ਵਿਖੇ ਗਿਆ ਅਤੇ ਉੱਤੇ ਦਾਖਲ ਹੋ ਗਿਆ. ਜੇਸੀਊਟ ਜਮਾਤ ਦੇ ਫਾਰ ਲੋਕਾਂ ਨੇ ਉਹਨਾਂ ਨੂੰ ਦਰਬਾਰ ਦਾ ਕੰਮ ਦਿੱਤਾ. ਉਹ ਮਾਊਂਟ ਸਾਇਨ ਕਾਲਜ ਵਿਖੇ 46 ਸਾਲ ਦਰਬਾਰ ਦਾ ਕੰਮ ਕੀਤਾ. ਸੰਤ ਅਲਫੋਨਸ ਬਹੁਤ ਪੜ੍ਹਿਆ ਲਿਖਿਆ ਆਦਮੀ ਨਹੀਂ ਸੀ, ਪਰ ਖੁਦਾ ਨੇ ਉਹਨਾਂ ਨੂੰ ਬਹੁਤ ਅਨੌਖਾ ਬਰਕਤਾਂ ਫਸਲਾਂ ਦਿੱਤਾ ਸੀ. ਉਹਨਾਂ ਨੂੰ ਅਨੂਠਾ ਅਸਰ ਉਹਨਾਂ ਸਭ ਲੋਕਾਂ ਦੇ ਉੱਪਰ ਸੀ ਜੋ ਪੇਣਾ ਬਰਾਬਾਮ ਜੇਸੀਊਟ ਫਾਦਰ ਲੋਕਾਂ ਨੂੰ ਉੱਤੇ ਮਿਲਣੇ ਕੇ ਲਈ ਆਇਆ ਸੀ. ਉਹਨਾਂ ਨੂੰ ਖੁਦਾ ਨੇ ਖੁਦ ਤਲੀਮ ਦਾ ਜਾਣਕਾਰੀ ਅਤੇ ਇਸ ਇਲਾਵਾ ਸੰਤ ਮਾਂ ਮਰੀਮ ਦੀ ਇੱਕ ਬੜਾ ਫਖਤ ਸੀ. ਜਦੋਂ ਵੀ ਕਿਸੇ ਨੇ ਹੰਡੀ ਮਾਰਿਆ, ਉਹ ਖੁਦ ਬੋਲਦਾ ਸੀ, ਪ੍ਰਭੂ ਯੇਸ਼ੂ ਮਸੀਹ ਆ ਰਿਹਾ ਹੈ. ਪ੍ਰਭੂ ਯੇਸ਼ੂ ਮਸੀਹ ਖੁਦ ਇੱਥੇ ਦਾਖਲਾ ਲੈਣ ਲਈ ਆ ਰਿਹਾ ਹੈ. ਅਤੇ ਉਹਨਾਂ ਨੂੰ ਜਲਦੀ ਜਾ ਕੇ ਉਹਨਾਂ ਲੋਕਾਂ ਨੂੰ ਸਵੀਕਾਰ ਕਰਤਾ ਸੀ. ਸੰਤ ਅਲਫੋਨਸ ਰੋਡਰੀਗਸ ਦ ਹਲੀਮੀ ਅਗੇ ਪਵਿੱਤਰਤਾ ਦਾ ਇੱਕ ਇਨਸਾਨ ਸੀ. ਇਸ ਰੇ ਖੁਦਾ ਨੇ ਵੱਖ ਵੱਖ ਵਰਦਾਨ ਉਹਨਾਂ ਨੇ ਦਿੱਤਾ. ਸੰਤ ਦੀ ਜ਼ਿੰਦਗੀ ਵਿੱਚ ਅਸੀਂ ਪੜ੍ਹਤੇਗਾ, ਸੰਤ ਅਲਫੋਨਸ ਰੋਡਰੀਗਸ, ਸੰਤ ਪੀਟਰ ਕਲਵਰ ਜੋ ਲਤੀਨੀ ਅਮੇਰੀਕਾ ਵਿੱਚ ਮਿਸ਼ਨਰੀ ਕੰਮ ਕਰ ਰਿਹਾ ਸੀ, ਉਹਨਾਂ ਦੇ ਨਾਲ ਰੋਜ਼ਾਨਾ ਸਲਾਹ ਮਸ਼ਵਰਾ ਕਰਦਾ ਸੀ. ਸੰਤ ਅਲਫੋਨਸ ਰੋਡਰੀਗਸ ਦਾ ਮੌਤ 31 ਅਕਤੂਬਰ
16 ஸ்தாராம்பிக்கை ஹொய சந்தபாப்பா லியோ தேரவானே 15 ஜானுவரி 1888 விக்கே சந்த தர்ஜா தித்தா அவசியம் குதாதே இனே வதனானு சேத்தகிரியே சந்த மர்க்கோசி அஞ்சேயில் உனாதே தேராம்பாப் கத்தியாயித்து ஆகாஷத்தை தர்த்தி டல் ஜான்கே பர் மேரே சப்த கதி நகி டலன்கே அசி பிரார்த்தனா கிரியே ஏ குதா சாடேபா தூகி பவித்திரகே அதே தேரேத்தும் பினா குச்சு பி சங்கா நெய்கே சந்த அல்ஃபோன்சஸ் ரொட்ரிகஸ் தி பிரார்த்தனா உத்தே பரோஸ் ரக்தே ஒயே அசின் தேரே அகே ஏ பேந்தி கர்தயாம் கி தூ சானு ஆப்னே பவித்திர லோக் பனாவுன் விச்ச சகாயதாகர் அதே சானு சாடே லெய் தயார் கீதி கெய் ஷான் தே யோக் பனா அசி ஏ பேந்தி கர்தேகாம் ஆப்னே பிரபு இயேசு மசீஹ் தரே பேடதராகி ஜேடா தெரே நாள் ரூபாக் ஸ்நேகுதா ஜீவன் தாத்த ராஜகர்த்தாகே ஸ்தா தோம் ஸ்தாதீகர் ஆமீன்.